everyone, I'm Sandeep Bains. I hope guys you all are well. Welcome back to my kite hoye makeup, mere kite hoye hairstyle. Pasand hon ta tusi Instagram te ja ke jada mera Instagram handle hai ohnu follow karna hai. Screen te main jada mera Bains makeover Instagram te account hai usnu main attach kar dungi. Tusi zarur follow karo mainu Bains makeover de naam to te TikTok te bhi main apne friends to family to and makeup to related kuch nave nave roz upload dinni rehni hai te agar thonu mere life te mere friends mere ਫੈਮਲੀ ਦੇ ਨਾਲ ਕੋਈ ਵੀ ਇੰਟਰਸਟ ਹੈਗਾ ਦੈਨ ਮੈਨੂੰ ਟਿਕਟੋਕ ਤੇ ਵੀ ਫੋਲੋ ਕਰ ਲਓ ਬੈਂਸ ਮੇਕਓਵਰ ਦੇ ਨਾਮ ਤੋਂ ਸੋ ਮੇਰਾ ਅੱਜ ਦਾ ਜਿਹੜਾ ਵੀਡੀਓ ਹੈਗਾ ਹੈ ਇਹ ਸੌਫਟ ਮੇਕਅਪ ਲੁੱਕ ਤੇ ਹੈਗਾ ਕਾਫੀ ਜ਼ਿਆਦਾ ਮੈਂ ਟਾਈਮ ਲਾਇਆ ਆਈ ਥਿੰਕ 30 ਮਿੰਟ ਮੈਂ ਆਪਣੇ ਜਿਹੜਾ ਮੇਕਅਪ ਹੈ ਇਹਨੂੰ ਕਰਨ ਦੇ ਲਈ ਲਾਏ ਆ ਤੇ ਮੇਰੀ ਜਿਹੜੀ ਡਾਰਕ ਸਰਕਲ ਆ ਮਾਊਥ ਦੇ ਅਰਾਊਂਡ ਵੀ ਮੇਰਾ ਥੋੜ੍ਹਾ ਜਿਹਾ ਡਾਰਕ ਆ ਫੇਸ ਇੱਥੇ ਤੇ ਲਾਈਕ ਇੱਥੇ ਮੇਰੇ ਪਿੰਪਲ ਦੇ ਕਾਫੀ ਜ਼ਿਆਦਾ ਸਾਈਨ ਹੈ ਚਿਕਸ ਦੇ ਉੱਪਰ ਅਗਰ ਤੁਸੀਂ ਇਸ ਤਰ੍ਹਾਂ ਦਾ ਮੇਕਅਪ ਕਰਨਾ ਚਾਹੁੰਦੇ ਇਹਨੂੰ ਸੌਫਟ ਮੇਕਅਪ ਲੁੱਕ ਕਹਿ ਸਕਦੇ ਹਾਂ ਆਪਾਂ ਠੀਕ ਹੈ ਜੀ ਅਗਰ ਇਹਨੂੰ ਥੋੜ੍ਹਾ ਜਿਹਾ ਆਪਾਂ ਹਾਈਲਾਈਟ ਦਿਖਾਉਣਾ ਚਾਹੁੰਦੇ ਹਾਂ ਤੁਸੀਂ ਜਿਹੜਾ ਆਪਣੇ ਆਈਜ਼ ਦਾ ਮੇਕਅਪ ਹੈ ਇਹਦੇ ਜਿਹੜੇ ਥੋੜੇ ਕਲਰ ਹੈਗੇ ਆ ਲਾਈਕ ਤੁਹਾਡੇ ਸੂਟ ਦੇ ਨਾਲ ਤੁਹਾਡੇ ਟੀ ਸ਼ਰਟਸ ਦੇ ਨਾਲ ਮੈਚ ਕਰਦੇ ਉਹਨੂੰ ਥੋੜ੍ਹਾ ਤੁਸੀਂ ਡਾਰਕ ਯੂਜ਼ ਕਰ ਲਓ ਤਾਂ ਥੋੜ੍ਹਾ ਡਾਰਕ ਮੇਕਅਪ ਛੋ ਜੂਗਾ ਜਿੱਦਾਂ ਕਿ ਮੇਰਾ ਨਿਊਡ ਲਿਪ ਸ਼ੇਡ ਹੈਗਾ ਹੈ ਅਤੇ ਮੇਰੀ ਆਈ ਸ਼ੈਡਰ ਵੀ ਤੁਸੀਂ ਦੇਖ ਸਕਦੇ ਕਿ ਇੱਕ ਬਰਾਊਨ ਦੇ ਸ਼ੀ ਸ਼ੇਡ ਆ ਜਿਹੜੀ ਮੈਂ ਯੂਜ਼ ਕੀਤੀ ਆ ਅਤੇ ਜਿਹੜੇ ਮੇਰੇ ਲਾਈਕ ਪਿੰਪਲ ਦੇ ਸਾਈਨ ਆ ਇੱਕਦਮ ਤੁਸੀਂ ਦੇਖ ਸਕਦੇ ਕਿ ਹਾਈਡ ਕੀਤੇ ਆ ਸੌਫਟ ਮੇਕਅਪ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਸੇਮ ਇਸ ਤਰ੍ਹਾਂ ਮੇਕਅਪ ਕਰਕੇ ਅਤੇ ਆਪਣਾ ਸੌਫਟ ਮੇਕਅਪ ਲੁੱਕ ਕ੍ਰੀਏਟ ਕਰ ਸਕਦੇ ਆ ਤੁਸੀਂ ਆਪਣੇ ਡਾਰਕ ਸਰਕਲ ਆ ਕੋਈ ਵੀ ਪਿਗਮੈਂਟੇਸ਼ਨ ਆ ਡੋਟ ਸਪੋਟ ਦੇ ਕੋਈ ਵੀ ਸਾਈਨ ਹੈਗੇ ਆ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਹਾਈਡ ਕਰ ਸਕਦੇ ਆ ਤੇ ਮੈਂ ਜਿਹੜਾ ਕਲੋਜ਼ ਅਪ ਲੁੱਕ ਹੈਗਾ ਉਹ ਵੀ ਤੁਹਾਨੂੰ ਦਿਖਾ ਦੇਣੀ ਆ ਲੁੱਕ ਲਾਈਕ ਇਸ ਤਰ੍ਹਾਂ ਬਹੁਤ ਵਧੀਆ ਜਿਹੜਾ ਸਭ ਕੁਛ ਹੈ ਹਾਈਡ ਹੋ ਗਿਆ ਰੀਅਲੀ ਆਈ ਲਵ ਇਟ ਮੈਨੂੰ ਅੱਜ ਆਪਣਾ ਜਿਹੜਾ ਮੇਕਅਪ ਹੈ ਬਹੁਤ ਜ਼ਿਆਦਾ ਪਸੰਦ ਆਇਆ ਆ ਅਤੇ ਹੁਣ ਆਪਾਂ ਕਰਦੇ ਹਾਂ ਮੇਕਅਪ ਸਟਾਰਟ ਅਤੇ ਇਹ ਹੈਗਾ ਐਸਟੀ ਡਿਵੈਂਸ ਦਾ ਆ ਮੋਇਸਚਰਾਈਜ਼ਰ ਜਿਹੜਾ ਕਿ ਮੈਂ ਮੇਕਅਪ ਤੋਂ ਪਹਿਲਾਂ ਯੂਜ਼ ਕਰਦੀ ਹਾਂ ਅਤੇ ਇਸ ਜਿਹੜਾ ਮੋਇਸਚਰਾਈਜ਼ਰ ਦਾ ਮੈਂ ਰਿਵਿਊ ਵੀ ਸ਼ੇਅਰ ਕੀਤਾ ਅਗਰ ਕੋਈ ਦੇਖਣ ਦੇ ਵਿੱਚ ਇੰਟਰਸਟਡ ਹੋਵੇ ਲੈਣ ਦੇ ਵਿੱਚ ਕੋਈ ਇੰਟਰਸਟਡ ਆ ਤਾਂ ਮੇਰੇ ਇੰਸਟਾਗ੍ਰਾਮ ਤੋਂ ਤੁਸੀਂ ਲਿੰਕ ਚੈੱਕ ਕਰ ਲਿਓ ਇਸ ਦਾ ਨੈਕਸਟ ਜਦੋਂ ਮੋਇਸਚਰਾਈਜ਼ਰ ਚੰਗੀ ਤਰ੍ਹਾਂ ਐਬਜ਼ੋਰਬ ਹੋ ਜਾਂਦਾ ਆ ਤਾਂ ਆਪਾਂ ਯੂਜ਼ ਕਰਾਂਗੇ ਲਿਪ ਗਲੋਜ਼ ਦਾ ਅਤੇ ਇਹ ਜਿਹੜਾ ਲਿਪ ਗਲੋਜ਼ ਹੈਗਾ ਆ ਮੇਰਾ ਹੈਗਾ ਆ ਬਾਇਓਟਿਕ ਦਾ ਆ ਅਤੇ ਕਾਫੀ ਅੱਛਾ ਆ ਜਿਹੜਾ ਇਹ ਲਿਪ ਆ ਮੈਂ ਆਪਣੇ ਜਿਹੜੇ ਲਿਪਸ ਹੈ ਇਹਨਾਂ ਨੂੰ ਸੌਫਟ ਕਰਦਾ ਸਭ ਤੋਂ ਪਹਿਲਾਂ ਮੋਇਸਚਰਾਈਜ਼ਰ ਤੋਂ ਬਾਅਦ ਆਪਾਂ ਨੂੰ ਲਿਪ ਬਾਮ ਜ਼ਰੂਰ ਯੂਜ਼ ਕਰਨਾ ਆ ਤਾਂ ਕਿ ਆਪਣੇ ਜਿਹੜੇ ਲਿਪਸ ਹੈ ਸੌਫਟ ਹੋ ਜਾਣ ਅਤੇ ਜਿਹੜਾ ਲਿਪ ਸ਼ੇਡ ਹੈਗਾ ਆ ਜ਼ਿਆਦਾ ਟਾਈਮ ਤੱਕ ਸਟੇ ਕਰੇ ਨੈਕਸਟ ਇੰਨਾ ਕੁ ਆਪਾਂ ਪ੍ਰਾਈਮਰ ਲੈਣਾ ਹੈ ਅਤੇ ਚੰਗੀ ਤਰ੍ਹਾਂ ਸਪਰੈਡ ਕਰ ਲਓ ਆਪਣੇ ਫੇਸ ਦੇ ਉੱਪਰ ਮੇਕਅਪ ਲੌਂਗ ਟਾਈਮ ਤੱਕ ਸਟੇ ਕਰੇਗਾ ਇਸ ਦੇ ਨਾਲ ਨੈਕਸਟ ਆਪਾਂ ਯੂਜ਼ ਕਰਨਾ ਡਰਮਾ ਪੈਲਟ ਤੋਂ D30 ਆ ਔਰੇਂਜ ਕਰੈਕਟਰ ਹੈ ਕਲਰ ਕਰੈਕਸ਼ਨ ਦੇ ਲਈ ਸਪੈਸ਼ਲ ਫੋਰ ਐਕਨੇ ਡੋਟ ਸਪੋਟ ਅਤੇ ਮੇਰਾ ਇਹ ਫਾਊਂਡੇਸ਼ਨ ਬ੍ਰੱਸ਼ ਹੈ ਅਤੇ ਮੈਂ ਜਿਹੜਾ ਮੇਕਅਪ ਫਿਕਸਰ ਦੇ ਨਾਲ ਇਹਨੂੰ ਥੋੜ੍ਹਾ ਜਿਹਾ ਵੈਟ ਕਰ ਲੈਣਾ ਆ ਅਤੇ ਜਿੱਥੇ ਜਿੱਥੇ ਮੇਰੇ ਡੋਟ ਸਪੋਟ ਆ ਥੋੜ੍ਹਾ ਡਾਰਕ ਸਰਕਲ ਹੈਗੇ ਆ ਅਰਾਊਂਡ ਮਾਊਥ ਅਤੇ ਡਾਰਕ ਤੁਹਾਨੂੰ ਜਿਹੜਾ ਵੀਡੀਓ 'ਚ ਦਿਖਾਈ ਦੇ ਰਿਹਾ ਇਹਨੂੰ ਹਾਈਡ ਕਰਨ ਦੇ ਲਈ ਜਿਹੜਾ ਇਹ ਕਰੈਕਟਰ ਹੈਗਾ ਆ ਇਸ ਦਾ ਮੈਂ ਯੂਜ਼ ਕਰ ਰਹੀ ਹਾਂ ਅੰਡਰ ਆਈ ਏਰੀਆ ਇਹ ਹਾਈਡ ਕਰੇਗਾ ਡਰਮਾ ਪੈਲਟ ਹੈ ਇਹ ਅਤੇ ਉਸ ਦੇ ਵਿੱਚ ਉਸਦਾ ਸ਼ੇਡ ਨੰਬਰ ਹੈਗਾ D30 ਚੰਗੀ ਤਰ੍ਹਾਂ ਅੰਡਰ ਆਈ ਏਰੀਆ ਔਰ ਜੋ ਵੀ ਡੋਟ ਸਪੋਟ ਹੈ ਚਿਕਸ 'ਤੇ ਉੱਥੇ ਮੈਂ ਇਹਦਾ ਯੂਜ਼ ਕਰੂੰਗੀ ਇਹ ਜਿਹੜਾ ਔਰੇਂਜ ਕਰੈਕਟਰ ਹੁੰਦਾ ਕਲਰ ਕਰੈਕਸ਼ਨ ਦੇ ਲਈ ਹੁੰਦਾ ਆ ਅਤੇ ਇਸ ਨੂੰ ਆਪਾਂ ਔਰੇਂਜ ਕਰੈਕਟਰ ਬੋਲ ਸਕਦੇ ਹਾਂ ਕਰੈਕਟਰ ਬੋਲ ਸਕਦੇ ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਯੂਜ਼ ਕਰ ਲੈਣਾ ਅਤੇ ਚੰਗੀ ਤਰ੍ਹਾਂ ਬਲੈਂਡ ਕਰਨਾ ਆਪਾਂ ਅਤੇ ਨੈਕਸਟ ਹੁਣ ਆਪਾਂ ਯੂਜ਼ ਕਰਨਾ ਆ 092 ਸ਼ੇਡ ਹੈ ਇਹ ਸੁਪਰਾ ਪੈਲਟ ਤੋਂ ਆ ਓਇਲੀ ਬੇਸ ਹੈ ਸੁਪਰਾ ਪੈਲਟ ਹੈ ਜਿਹੜਾ ਉਸ ਤੋਂ ਮੈਂ ਸ਼ੇਡ ਲਿਆ 092 ਜਿਹੜਾ ਕਿ ਗ੍ਰੀਨ ਕਰੈਕਟਰ ਹੈ ਪਿਗਮੀਟੇਸ਼ਨ ਔਰ ਡਾਰਕ ਜਿਹੜੇ ਸਪੋਟ ਹੁੰਦੇ ਆ ਜਿਹੜੇ ਕਿ ਆਪਣੇ ਪਿੰਪਲ ਤੋਂ ਬਾਅਦ ਡਾਰਕ ਸਪੋਟ ਆਪਣੇ ਚਿਕਸ 'ਤੇ ਜਿੱਦਾਂ ਕਿ ਦਿਖਾਈ ਦੇ ਰਿਹਾ ਉਸ ਦੇ ਲਈ ਆਪਾਂ ਯੂਜ਼ ਕਰਨਾ ਹੈ ਗ੍ਰੀਨ ਕਰੈਕਟਰ ਨੂੰ ਇਸ ਨੂੰ ਬਲੈਂਡ ਕਰਨ ਦੇ ਲਈ ਤੁਸੀਂ ਡੈਂਪ ਸਪੰਜ ਦਾ ਯੂਜ਼ ਕਰ ਸਕਦੇ ਹਾਂ ਮੈਂ ਇੱਥੇ ਮੇਕਅਪ ਫਿਕਸਰ ਦਾ ਯੂਜ਼ ਕਰੂੰਗੀ ਜਿਸ ਦੇ ਨਾਲ ਕਿ ਆਪਣਾ ਜਿਹੜੀ ਬਲੈਂਡਿੰਗ ਹੈ ਅੱਛੀ ਹੋ ਜੂਗੀ ਸਵਿਸ ਬਿਊਟੀ ਦਾ ਜਿਹੜਾ ਇਹ ਮੇਕਅਪ ਫਿਕਸਰ ਹੈ ਉਸ ਦੇ ਨਾਲ ਮੈਂ ਸਪੰਜ ਨੂੰ ਕੀਤਾ ਥੋੜ੍ਹਾ ਵੈਟ ਅਤੇ ਚੰਗੀ ਤਰ੍ਹਾਂ ਬਲੈਂਡ ਕਰਨਾ ਮੈਂ ਆਪਣੇ ਫੇਸ ਦੇ ਵਿੱਚ ਇਸ ਨੂੰ ਆਪਾਂ ਜਦੋਂ ਬਿਊਟੀ ਬਲੈਂਡਰ ਦਾ ਯੂਜ਼ ਕਰ ਰਹੇ ਹਾਂ ਆਪਾਂ ਉਹਨੂੰ ਸਵੀਪ ਨਹੀਂ ਕਰਨਾ ਗਾ ਅਤੇ ਲਾਈਕ ਆਪਾਂ ਉਹਨੂੰ ਡੈਂਪ ਡੈਂਪ ਕਰਨਾ ਆਪਾਂ ਉਹਨੂੰ ਆਪਣੇ ਫੇਸ ਦੇ ਉੱਪਰੋਂ ਖਿੱਚ ਖਿੱਚ ਕੇ ਮੇਕਅਪ ਨੂੰ ਇੱਧਰ ਤੋਂ ਉੱਧਰ ਨਹੀਂ ਕਰਨਾ ਉਹ ਲਈ ਡੈਂਪ ਕਰਨਾ ਤਾਂ ਕਿ ਉਹ ਚੰਗੀ ਤਰ੍ਹਾਂ ਜਿੱਥੇ ਆਪਾਂ ਉਸ ਫਾਊਂਡੇਸ਼ਨ ਨੂੰ ਕੋਈ ਬੇਸ ਨੂੰ ਲਾਇਆ ਉੱਥੇ ਅੰਦਰ ਹੀ ਆਪਣੇ ਸਕਿਨ ਦੇ ਅੰਦਰ ਅਬਜ਼ੋਰਬ ਹੋ ਜਾਵੇ ਠੀਕ ਹੈ ਜੀ ਇੱਕ ਵਾਰ ਫਿਰ ਮੇਕਅਪ ਫਿਕਸਰ ਦਾ ਯੂਜ਼ ਕੀਤਾ ਆ ਅੱਛੇ ਗਲੋ ਦੇ ਲਈ ਅਤੇ ਫਿਰ ਇੱਕ ਵਾਰ ਮੈਂ ਉਸਨੂੰ ਚੰਗੀ ਤਰ੍ਹਾਂ ਬਲੈਂਡ ਕਰ ਰਹੀ ਹਾਂ ਤੁਸੀਂ ਬਲੈਂਡਿੰਗ 'ਤੇ ਅੱਛਾ ਟਾਈਮ ਸਪੈਂਡ ਕਰਨਾ ਆ ਤਾਂ ਕਿ ਜਿਹੜਾ ਤੁਹਾਡਾ ਮੇਕਅਪ ਹੈ ਬਲੈਂਡਿੰਗ ਦੇ ਉੱਪਰ ਹੀ ਫਿਕਸ ਹੁੰਦਾ ਆ ਕਿ ਉਹ ਕਿੱਦਾਂ ਗਲੋ ਕਰੂਗਾ ਕਿ ਨਹੀਂ ਨੈਕਸਟ ਹੈ ਇਹ ਕੰਸੀਲਰ ਆ
ਜਿਹੜਾ ਇਹ ਕੰਸੀਲਰ ਹੈਗਾ ਆ ਇਹ ਹੈਗਾ ਏਜ ਰਿਵਾਈਂਡ ਕੰਸੀਲਰ ਅਤੇ ਬਹੁਤ ਹੀ ਅੱਛਾ ਇਹ ਕੰਸੀਲਰ ਆ। ਜਿਹੜੇ ਜਿਹੜੇ ਆਪਾਂ ਫੇਸ ਦੇ ਪਾਰਟ ਲਾਈਟ ਦਿਖਾਉਣੇ ਉੱਥੇ ਆਪਾਂ ਕੰਸੀਲਰ ਦਾ ਯੂਜ਼ ਕਰਦੇ ਹਾਂ। ਅਤੇ ਤੁਸੀਂ ਦੇਖ ਲਓ ਕਿੱਥੇ ਕਿੱਥੇ ਮੈਂ ਕੰਸੀਲਰ ਕਰ ਲਿਆ ਹੈ, ਯੂਜ਼ ਅੰਡਰ ਆਈ ਏਰੀਆ, ਬ੍ਰਿਜ ਆਫ ਨੋਜ਼, ਕਿਊਪਿਡ ਬੋ ਅਤੇ ਆਪਣੇ ਬ੍ਰਿਜ ਆਫ ਨੋਜ਼ 'ਤੇ ਵੀ ਯੂਜ਼ ਕਰ ਲਿਆ, ਠੀਕ ਹੈ ਜੀ। ਅਤੇ ਨੈਕਸਟ ਡੇ ਜਿਹੜਾ ਮੈਂ ਬੇਸ ਯੂਜ਼ ਕਰ ਰਹੀ ਹਾਂ ਜਿਹੜਾ ਕਿ ਮੇਰਾ ਸਕਿਨ ਸ਼ੇਡ ਹੈ ਇਹ ਹੈਗਾ ਹੈ D4.5 ਅਤੇ ਡਰਮਾ ਪੈਲਟ ਦਾ D4.5 ਹੈ ਜਿਹੜੀ ਸ਼ੇਡ ਆ। ਅਤੇ ਚੰਗੀ ਤਰ੍ਹਾਂ ਜਿਹੜਾ ਇਹ ਬੇਸ ਆ ਆਪਾਂ ਆਪਣੇ ਬਚਿਆ ਹੋਇਆ ਜਿਹੜਾ ਬ੍ਰਸ਼ 'ਤੇ ਉਹ ਆਪਾਂ ਆਪਣੇ ਆਈਲੈਟ 'ਤੇ ਵੀ ਯੂਜ਼ ਕਰਨਾ ਤਾਂ ਕਿ ਆਪਣੀ ਜਿਹੜੇ ਆਈ ਸ਼ੈਡੋ ਦੇ ਲਈ ਇੱਕ ਅੱਛਾ ਬੇਸ ਰੈਡੀ ਹੋ ਜਾਵੇ। ਮੈਂ ਕੰਸੀਲਰ ਯੂਜ਼ ਕਰ ਲਿਆ, ਉਸ ਤੋਂ ਬਾਅਦ ਮੈਂ ਆਪਣੇ ਜਿਹੜਾ ਸਕਿਨ ਸ਼ੇਡ D4.5 ਆ ਉਹਨੂੰ ਯੂਜ਼ ਕੀਤਾ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਪਾਂ ਯੂਜ਼ ਕਰਨਾ ਹੁੰਦਾ ਕੰਟੋਰ ਸ਼ੇਡ, ਠੀਕ ਹੈ। ਜਿੱਥੇ ਮੈਂ ਬੇਸ ਯੂਜ਼ ਕੀਤਾ ਆ ਉੱਥੇ ਮੈਂ ਕੰਸੀਲਰ ਯੂਜ਼ ਨਹੀਂ ਕੀਤਾ ਗਾ, ਠੀਕ ਹੈ ਜੀ। ਅਤੇ ਜਿੱਥੇ ਮੈਂ ਕੰਟੋਰ ਕਰਨਾ ਆ ਉੱਥੇ ਮੈਂ ਆਪਣਾ ਬੇਸ ਨਹੀਂ ਲਾਇਆ ਜਿਹੜਾ ਕਿ ਮੇਰੀ ਸਕਿਨ ਸ਼ੇਡ ਦੇ ਨਾਲ ਮੈਚ ਕਰਦਾ, ਠੀਕ ਹੈ ਜੀ। ਅਤੇ ਨੈਕਸਟ ਹੈ D16, ਇਹ ਹੈਗਾ ਡਰਮਾ ਪੈਲਟ ਦਾ ਸ਼ੇਡ ਹੈਗਾ ਆ। ਅਤੇ ਓਕੇ, ਇਸ ਤਰ੍ਹਾਂ ਦਾ ਇਹ ਬਰਾਊਨ ਜਿਹਾ ਦਿਖਣ ਦੇ ਵਿੱਚ ਹੁੰਦਾ, ਇਸ ਨੂੰ ਆਪਾਂ ਕੰਟੋਰਿੰਗ ਦੇ ਲਈ ਯੂਜ਼ ਕਰਦੇ ਹਾਂ। ਜਿੱਥੇ ਜਿੱਥੇ ਵੀ ਆਪਾਂ ਨੂੰ ਆਪਣਾ ਫੇਸ ਹੈ ਕਿਸੇ ਨੂੰ ਬਰੋਡ ਲੱਗਦਾ ਆ, ਹੈ ਨਾ, ਆਪਣੇ ਫੇਸ ਦੀ ਕਟਿੰਗ ਦੇ ਲਈ ਜਿਹੜਾ ਇਹ ਕੰਟੋਰ ਸ਼ੇਡ ਹੁੰਦਾ ਉਸਨੂੰ ਯੂਜ਼ ਕਰਨਾ। ਆਪਣੀ ਨੋਜ਼ ਆ ਆਪਾਂ ਨੂੰ ਥੋੜ੍ਹੀ ਲਾਈਕ ਆਪਾਂ ਆਪਣਾ ਜਿਹੜੀ ਨੱਕ ਹੈਗਾ ਇਹਨੂੰ ਤਿੱਖਾ ਦਿਖਾਉਣਾ ਹੈ ਤਾਂ ਕਰਕੇ ਆਪਾਂ ਉਸਦੀ ਕੰਟੋਰ ਕਰਦੇ ਹਾਂ, ਉਸਨੂੰ ਕੰਟੋਰ ਕਰਦੇ ਹਾਂ, ਠੀਕ ਹੈ ਜੀ। ਜਿਹੜੀ ਚਿਕਸ ਹੈਗੇ ਆਪਾਂ ਨੂੰ ਆਪਣੇ ਕਾਫੀ ਆਪਣਾ ਜਿਹੜਾ ਫੇਸ ਹੈ ਬਰੋਡ ਲੱਗਦਾ ਆ, ਕਿਸੇ ਨੂੰ ਆਪਣਾ ਫੇਸ ਕਾਫੀ ਮੋਟਾ ਲੱਗਦਾ ਹੁੰਦਾ, ਦੈਨ ਤੁਸੀਂ ਉਸਨੂੰ ਕੰਟੋਰ ਕਰਨਾ ਹੈ, ਠੀਕ ਹੈ। ਸ਼ੇਡ ਦੇ ਉੱਪਰ ਇੱਕ ਤੋਂ ਉੱਪਰ ਸ਼ੇਡ ਦੇ ਉੱਪਰ ਸ਼ੇਡ ਨਹੀਂ ਲਾਉਣਾ ਗਾ, ਆਪਾਂ ਯੂਜ਼ ਨਹੀਂ ਕਰਨਾ, ਉਹ ਜਿਹੜਾ ਮੇਕਅਪ ਹੈ ਕਾਫੀ ਜ਼ਿਆਦਾ ਹੈਵੀ ਲੱਗਣ ਲੱਗ ਜੂਗਾ, ਠੀਕ ਹੈ ਜੀ। ਜਿੱਦਾਂ ਜਿਹੜਾ ਆਪਾਂ ਲਾਈਕ ਸਭ ਤੋਂ ਪਹਿਲਾਂ ਆਪਾਂ ਕੰਸੀਲ ਕੀਤਾ ਸੀਗਾ ਅਤੇ ਆਪਾਂ ਉਸਨੂੰ ਬਲੈਂਡ ਕਰ ਲਿਆ, ਜਿਹੜਾ ਬੇਸ ਹੈ ਉਸਨੂੰ ਬਲੈਂਡ ਕੀਤਾ ਅਤੇ ਉਸ ਤੋਂ ਬਾਅਦ ਮੈਂ ਜਿਹੜਾ ਕੰਟੋਰ ਸ਼ੇਡ ਹੈ ਉਸਨੂੰ ਬਲੈਂਡ ਕੀਤਾ। ਨੈਕਸਟ ਮੈਂ ਇੱਥੇ ਯੂਜ਼ ਕਰ ਰਹੀ ਹਾਂ ਲਿਪ ਸ਼ੇਡ ਦਾ, ਠੀਕ ਹੈ ਜੀ। ਇੱਥੇ ਜਿਹੜਾ ਮੈਂ ਲਿਪ ਸ਼ੇਡ ਦਾ ਯੂਜ਼ ਕੀਤਾ ਐਜ਼ ਮੈਂ ਬਲੱਸ਼ ਯੂਜ਼ ਕੀਤਾ, ਠੀਕ ਹੈ ਜੀ। ਚੰਗੀ ਤਰ੍ਹਾਂ ਮੇਕਅਪ, ਇਹ ਜਿਹੜੀ ਲਿਪ ਸ਼ੇਡ ਹੈ ਮੈਟ ਹੁੰਦੀ ਹੈ, ਠੀਕ ਹੈ, ਲੱਗਦਿਆਂ ਹੀ ਇਹ ਡਰਾਈ ਜੀ ਹੋ ਜਾਂਦੀ ਹੈ, ਠੀਕ ਹੈ। ਅਤੇ ਮੈਂ ਇਸ ਦੇ ਉੱਪਰ ਮੇਕਅਪ ਫਿਕਸਰ ਦਾ ਯੂਜ਼ ਕੀਤਾ ਅਤੇ ਉਸ ਤੋਂ ਬਾਅਦ ਇਹ ਮੈਂ ਬਲੈਂਡ ਕਰ ਰਹੀ ਹਾਂ, ਚੰਗੀ ਤਰ੍ਹਾਂ ਬਲੈਂਡ ਕੀਤਾ ਅਤੇ ਬਹੁਤ ਹੀ ਜ਼ਿਆਦਾ ਇਹਦੇ ਨਾਲ ਵਧੀਆ ਲੁੱਕ ਆਉਂਦਾ। ਅਗਰ ਤੁਹਾਡੇ ਕੋਲ ਵੀ ਕੋਈ ਪਿੰਕ ਟੋਨ ਦੇ ਵਿੱਚ ਲਿਪ ਸ਼ੇਡ ਆ ਤੁਸੀਂ ਉਹਨੂੰ ਐਜ਼ ਅ ਬਲੱਸ਼ ਯੂਜ਼ ਕਰ ਸਕਦੇ। ਫਿਰ ਆਪਾਂ ਯੂਜ਼ ਕਰਨਾ ਲੂਜ਼ ਪਾਊਡਰ ਦਾ, ਕੈਮਿਊ ਤੋਂ ਆ ਮੇਰਾ ਜਿਹੜਾ ਲੂਜ਼ ਪਾਊਡਰ ਆ। ਲੂਜ਼ ਪਾਊਡਰ 'ਚ ਵੀ ਕਾਫੀ ਸ਼ੇਡ ਮਿਲ ਰਿਹਾ, ਇਸ 'ਤੇ ਆਪਾਂ ਨੈਕਸਟ ਵੀਡੀਓ ਬਣਾਵਾਂਗੇ ਕਿਹੜੀ ਸਕਿਨ ਟੋਨ 'ਤੇ ਕਿਹੜਾ ਪਾਊਡਰ ਆਪਾਂ ਯੂਜ਼ ਕਰ ਸਕਦੇ ਹਾਂ। ਪਾਊਡਰ ਨੂੰ ਆਪਾਂ ਲਾ ਕੇ ਛੱਡ ਦੇਣਾ। ਨੈਕਸਟ ਆਪਾਂ ਯੂਜ਼ ਕਰਨਾ ਆਈ ਸ਼ੈਡੋ, ਜਿਹੜਾ ਵੀ ਤੁਹਾਡਾ ਫੇਵਰੇਟ ਹੈ ਲੈ ਲਿਓ, ਠੀਕ ਹੈ ਜੀ। ਅਤੇ ਮੈਂ ਇੱਥੇ ਅੱਜ ਯੂਜ਼ ਕਰਨਾ ਇਹ ਫਲੱਫੀ ਬ੍ਰੱਸ਼ ਹੈ ਅਤੇ ਲਾਈਟ ਜੀ ਬਰਾਊਨਿਸ਼ ਸ਼ੇਡ ਦਾ, ਡਾਰਕ ਬਰਾਊਨਿਸ਼ ਸ਼ੇਡ ਦਾ ਯੂਜ਼ ਕਰਨਾ, ਬਟ ਮੈਂ ਥੋੜ੍ਹਾ ਜਿਹਾ ਬ੍ਰੱਸ਼ ਦੇ ਵਿੱਚ ਪਿੱਕ ਕਰਨਾ ਹੈ ਅਤੇ ਚੰਗੀ ਤਰ੍ਹਾਂ ਉਹਨੂੰ ਕਰ ਲੈਣਾ ਬਲੈਂਡ। ਅਤੇ ਇਹ ਸੋਫਟ ਮੇਕਅਪ ਲੁੱਕ ਹੈ, ਮੈਂ ਜ਼ਿਆਦਾ ਡਾਰਕ ਨਹੀਂ ਦਿਖਾਉਣਾ ਹੈਗਾ, ਠੀਕ ਹੈ ਜੀ। ਅਤੇ ਮੈਂ ਅੱਜ ਆਈਲੈਸ਼ਿਜ਼ ਦਾ ਵੀ ਯੂਜ਼ ਕਰਨਾ ਆ। ਅਤੇ ਨੈਕਸਟ ਮੈਂ ਆਪਣੇ 3D ਆਈਲੈਸ਼ਿਜ਼ ਦਾ ਯੂਜ਼ ਕਰਨਾ ਆ ਅਤੇ ਮੈਂ ਯੂਜ਼ ਕਰ ਲਿਆ। ਅਤੇ ਲੁੱਕ ਲਾਈਕ ਇਸ ਤਰ੍ਹਾਂ, ਇਸਦਾ ਕਾਫੀ ਅੱਛਾ ਲੁੱਕ ਹੈ ਜਿਹੜਾ ਆਉਂਦਾ ਆਈਲੈਸ਼ਿਜ਼ ਦੇ ਨਾਲ। ਅਤੇ ਅਗਰ ਤੁਸੀਂ ਮੇਰੇ ਵੀਡੀਓਜ਼ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਉਹ ਵੀ ਵੀਡੀਓ ਮੈਂ ਅਪਲੋਡ ਕੀਤਾ ਆਪਾਂ ਆਈਲੈਸ਼ਿਜ਼ ਨੂੰ ਕਿੱਦਾਂ ਯੂਜ਼ ਕਰਨਾ ਆ। ਇੱਥੇ ਮੈਂ ਆਈਬ੍ਰੋ ਨੂੰ ਫਿਲ ਕਰ ਰਹੀ ਹਾਂ ਅਤੇ ਆਈਲੈਸ਼ਿਜ਼ ਨੂੰ ਤੁਸੀਂ ਦੇਖ ਲਿਓ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਆ। ਅਤੇ ਕਾਫੀ ਅੱਛੇ ਔਰ ਈਜ਼ਲੀ ਤੁਸੀਂ ਆਈਲੈਸ਼ਿਜ਼ ਲਾ ਸਕਦੇ ਹਾਂ। ਅਤੇ ਇੱਥੇ ਮੈਂ ਯੂਜ਼ ਕਰ ਲਿਆ ਆਈਲਾਈਨਰ ਦਾ, ਅਤੇ ਇੱਥੇ ਥੋੜ੍ਹਾ ਜਿਹਾ ਮੈਂ ਕਾਜਲ ਯੂਜ਼ ਕੀਤਾ। ਨੈਕਸਟ ਆਪਾਂ ਕਰਨਾ ਆ ਹਾਈਲਾਈਟ, ਆਪਣੇ ਬ੍ਰਾਊ ਬੋਨ ਨੂੰ ਹਾਈਲਾਈਟ ਕਰਨਾ। ਮੈਂ ਆਹ ਵਾਲਾ ਸ਼ੇਡ ਲਿਆ 05 ਆ, ਫੈਸ਼ਨ ਨੰਬਰ ਆ 05, ਅਤੇ ਦੇਖਣ ਦੇ ਵਿੱਚ ਇਹ ਜਿਹੜੀ ਸਿਲਵਰ ਜੀ ਸ਼ੇਡ ਆ। ਥੋੜ੍ਹਾ ਜਿਹਾ ਆਪਣੇ ਮੈਂ ਲਾ ਲੈਣਾ ਆ ਚਿੱਕ ਬੋਨ ਅਤੇ ਬ੍ਰਿਜ ਆਫ ਨੋਜ਼, ਕਿਊਪਿਡ ਬੋ ਅਤੇ ਲਾਵਾਂਗੇ, ਅਤੇ ਜਿਸ ਦੇ ਨਾਲ ਆਪਣਾ ਫੇਸ ਆ ਹਾਈਲਾਈਟ ਹੋਊਗਾ ਅਤੇ ਕਾਫੀ ਅੱਛਾ ਮੇਕਅਪ ਦਾ ਪ੍ਰੋਪਰ ਲੁੱਕ ਆਊਗਾ। ਥੋੜ੍ਹਾ ਜਿਹਾ ਕਿਊਪਿਡ ਬੋ ਤੇ ਲਾਉਣਾ ਆ ਆਪਾਂ। ਨੈਕਸਟ ਹੁਣ ਆਪਾਂ ਯੂਜ਼ ਕਰਨਾ ਆ ਮਸਕਾਰਾ, ਅਤੇ ਜਿਹੜੇ ਦੋਨੋਂ ਆਈਲੈਸ਼ਿਜ਼ ਆਪਣੇ ਓਰੀਜਨਲ ਔਰ ਫੇਕ ਆ ਇਕੱਠੇ ਹੋ ਕੇ ਹੋ ਜਾਣਗੇ ਅਤੇ ਫਿਰ ਆਪਣਾ ਜਿਹੜਾ ਥੋੜ੍ਹਾ ਹੈਵੀ ਘੱਟ ਫੀਲ ਹੋਊਗਾ। ਨੈਕਸਟ ਲਿਪ ਸ਼ੇਡ ਦਾ ਯੂਜ਼ ਕਰ ਲੈਣਾ, ਜੋ ਵੀ ਨਿਊਡ ਲਿਪ ਸ਼ੇਡ ਹੈਗੀ ਤੁਸੀਂ ਉਸ ਦਾ ਯੂਜ਼ ਕਰ ਲਿਓ। ਸੋ ਇਹ ਆਪਣਾ ਪ੍ਰੋਪਰ ਲੁੱਕ। ਮੇਰੇ ਵੀਡੀਓ ਨੂੰ ਦੇਖਦੇ ਆ
ਆ, ਵੀਡੀਓ ਨੂੰ ਲਾਈਕ ਕਰਦੇ ਆ, ਫੈਮਿਲੀ ਤੇ ਫਰੈਂਡਸ ਦੇ ਨਾਲ ਸ਼ੇਅਰ ਕਰਦੇ ਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਕਹਿ ਸਕਦੀ ਹਾਂ। ਤੇ ਜੇ ਮੇਰੇ ਵੀਡੀਓਜ਼ ਵਧੀਆ ਲੱਗਦੇ ਆ ਤਾਂ ਇੱਦਾਂ ਹੀ ਮੇਰੇ ਵੀਡੀਓਜ਼ ਨੂੰ ਦੇਖਦੇ ਰਹੋ। ਤੁਹਾਨੂੰ ਮੇਰਾ ਇਹ ਵੀਡੀਓ ਵਧੀਆ ਲੱਗਿਆ ਹੋਇਆ, ਵੀਡੀਓ ਵਧੀਆ ਲੱਗਿਆ ਲਾਈਕ ਕਰਿਓ, ਕਮੈਂਟ ਕਰਨਾ ਆ, ਚੈਨਲ ਨੂੰ ਸਬਸਕ੍ਰਾਈਬ ਕਰਨਾ ਆ। ਸੋ ਯਾ, ਥੈਂਕ ਯੂ ਸੋ ਮਚ ਐਵਰੀਵਨ ਫੋਰ ਵਾਚਿੰਗ।